केपीडी न्यूज हक सच और इंसाफ की आवाज। केपीडी न्यूज हक सच और इंसाफ की आवाज। ਬਾਕੀ ਪ੍ਰਵਾਸੀ ਵੀਰਾਂ ਨੂੰ ਇਹ ਬੇਨਤੀ ਆ ਕਿ ਤੁਸੀਂ ਆਪਣੇ ਹੀ ਇੱਥੇ ਰਹੋ, ਇਹ ਤੁਹਾਡਾ ਸਾਰਾ ਇੱਥੇ ਇੰਤਜ਼ਾਮ ਕੀਤਾ ਜਾਊਗਾ। ਇਹ ਲੰਗਰ ਵੀ ਵਰਤਾ ਰਹੇ ਹਾਂ ਆਪਣੇ ਮਹੱਲੇ ਵੱਲੋਂ, ਸੁਸਾਇਟੀਆਂ ਵੱਲੋਂ, ਅਤੇ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ। ਸਰਕਾਰ ਸਾਡੀ ਕੈਪਟਨ ਅਮਰਿੰਦਰ ਸਿੰਘ ਜੀ ਸਾਰਾ ਇਹ ਉਪਰਾਲਾ ਕਰ ਰਹੇ ਨੇ। ਅਸੀਂ ਸਾਰੇ ਆਪਣੀ ਸਰਕਾਰ ਦਾ ਅਤੇ ਰਜਿੰਦਰ ਬੇਰੀ ਜੀ ਦਾ, ਕਾਂਗਰਸ ਪਾਰਟੀ ਦਾ ਸਾਰਿਆਂ ਬਹੁਤ ਧੰਨਵਾਦੀ ਹਾਂ ਕਿ ਸਾਡੀ ਸਾਰੀ ਇੱਕ ਵਾਰੀ ਕਹਿਣ 'ਤੇ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ। ਜੈ ਹਿੰਦ, ਜੈ ਭਾਰਤ। ਹਾਂਜੀ, ਨਮਸਕਾਰ ਜੀ, ਮੈਂ ਵਿੱਕੀ ਤਰੀਖਾ, ਵਾਰਡ ਨੰਬਰ 17 ਤੋਂ। ਇਸ ਵੇਲੇ MLA ਸਾਹਿਬ ਵੱਲੋਂ ਸੈਨੇਟਾਈਜ਼ ਕਰਾਇਆ ਜਾ ਰਿਹਾ ਪੂਰੀ ਮਾਰਕੀਟ ਦੇ ਵਿੱਚ, ਗਲੀਆਂ ਦੇ ਵਿੱਚ। ਇੱਕ ਮੈਂ ਬੇਨਤੀ ਹੋਰ ਕਰਾਂਗਾ, ਸਾਰੇ ਆਪਣੇ ਵੀਰਾਂ ਨੂੰ, ਭੈਣਾਂ ਨੂੰ ਬੇਨਤੀ ਕਰਾਂਗਾ, ਘਰੋਂ ਕੋਈ ਬਾਹਰ ਨਾ ਜਾਵੇ, ਕਿਉਂਕਿ ਇਹ ਜੰਗ ਜਿਹੜੀ ਆਪਾਂ ਘਰ ਬੈਠ ਕੇ ਹੀ ਜਿੱਤਣੀ ਕਰੋਨਾ ਦੀ। ਔਰ ਪ੍ਰਵਾਸੀ ਵੀਰਾਂ ਨੂੰ ਮੈਂ ਬੇਨਤੀ ਕਰਦਾ, ਅਸੀਂ ਰੋਜ਼ ਵੱਡੇ ਗੁਰਦੁਆਰੇ ਲੰਗਰ ਬਣਾ ਰਹੇ ਹਾਂ, ਘੱਟੋ ਘੱਟ 200 ਬੰਦੇ 250 ਬੰਦੇ ਦਾ ਲੰਗਰ ਚੱਲ ਰਿਹਾ, ਔਰ ਮੇਰੇ ਵੀਰ ਸਾਥੀ ਸਾਰੇ ਸੇਵਾ ਕਰ ਰਹੇ ਹੈ। ਹੱਥ ਜੋੜ ਕੇ ਇਹੀ ਬੇਨਤੀ ਕਰਾਂਗਾ ਕਿ ਘਰੋਂ ਬਾਹਰ ਨਾ ਨਿਕਲੋ, ਕਿਉਂਕਿ ਕਰੋਨਾ ਵਾਇਰਸ ਬਹੁਤ ਜ਼ਿਆਦਾ ਫੈਲ ਚੁੱਕਾ, ਇਹਦਾ ਕੰਟਰੋਲ ਅਸੀਂ ਘਰ ਬੈਠ ਕੇ ਕਰ ਸਕਦੇ। ਜੈ ਹਿੰਦ, ਜੈ ਭਾਰਤ। ਸਰ, ਜਿਹੜਾ ਸੈਨੀਟਾਈਜ਼ ਕਰ ਰਹੇ ਜੀ, ਇਹਦੇ ਬਾਰੇ ਦੱਸੋ ਮਾੜੇ। ਇਹ ਬਾਰੇ ਬਸ ਜੋ ਤੁਹਾਨੂੰ ਪਤਾ ਜਿਹੜੀ ਪ੍ਰੋਬਲਮ ਹੈਗੀ ਆ, ਉਹਦੇ ਬਾਰੇ ਆਪਾਂ ਕਰਾ ਰਹੇ ਹਾਂ। ਵਾਰਡ ਨੰਬਰ 17 ਆਪਾਂ ਸ਼ੁਰੂ ਕਰਾਇਆ ਇਹ। ਕਿਹੜੇ ਕਿਹੜੇ ਏਰੀਆ 'ਚ ਕਰ ਚੁੱਕੇ ਹੋ? ਆਪਾਂ ਸ਼ੀਰਪੁਰਾ ਕਰਾ ਰਹੇ ਹਲੇ, ਇਸ ਤੋਂ ਬਾਅਦ ਕਮਲ ਵਿਹਾਰ ਜਾਣਾ। ਠੀਕ ਹੈ ਜੀ। ਕਮਲ ਵਿਹਾਰ ਜੀ, ਛੋਟੀ ਗੱਡੀ ਚਾਹੀਦੀ ਨਾ ਕਿਹਾ, ਛੋਟੀ ਗੱਡੀ ਲੈ ਜਾਂਦਾ। ਛੋਟੀ ਗੱਡੀ ਅੱਗੇ ਵੀ ਨਹੀਂ ਸ਼ੀਰਪੁਰਾ ਪਹੁੰਚੀ, ਉਹਦੇ ਬਾਰੇ ਨਹੀਂ ਜਾਣੀ। ਇਹ ਜਿੰਨਾ ਹੋਇਆ ਵੱਡੇ ਪੈਪ ਨਾਲ ਕਰਾਤਾ, ਬਾਕੀ ਦਾ ਉਦੋਂ ਉਦੋਂ ਛੋਟੀ ਗੱਡੀਆਂ ਕਰਾਵਾਂਗੇ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।